सेवा सोसायटी विच फ्रंट लाइन ते काम करने वाले बलजीत सिंह जानी कौंसलर वार्ड नंबर 8 मोगा उन्हां वल्लों अज साडी टीम नाल गल्लबात करदे होए दस्सिया गया कि समाज सेवा सोसायटी फ्रंट लाइन ते सिविल हस्पताल मोगा लई काम कर रहा है। सोसायटी वालों नहरां रेलवे ट्रैक रोड एक्सीडेंट ते होर सेवा नवाईयां जा रही हैं जिहड़ियां कि नहरां वालियां डेड बाडियां वेखण योग भी नहीं हुंदियां। उह तां तां श्री गुरु ग्रंथ साहिब जी दी कृपा नाल सेवावां करदे हां। सिविल हस्पताल मोगा विच दो बार आई कार्ड विखाउण ते भी कहिंदे वैक्सीन नहीं लग सकदी, कहिंदे कि उम्र 45 तों घट है। अज फिर गुरु नानक कॉलेज विखे फार्म भर के कहिंदे कि नहीं लगेगी। मैं पुछना चाहुंदा हां कि जिहड़े सिविल हस्पताल मोगा जां गुरु नानक कॉलेज विच घट उम्र दे वैक्सीन लवा चुके हैं उन्हां दे किवें लग गई ਅਤੇ ਸਾਡੀ ਸੇਵਾ ਦਾ ਇਹ ਮੁੱਲ ਪਾ ਰਿਹਾ ਹੈ ਸਿਵਲ ਹਸਪਤਾਲ ਮੋਗਾ। ਜੇ ਨਿਊਜ਼ ਪੰਜਾਬੀ ਲਈ ਜੋਗਿੰਦਰ ਸਿੰਘ ਗਿੱਲ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਜ ਸੇਵਾ ਸੁਸਾਇਟੀ ਪੰਜੇਸ਼ਵਰ ਮੋਗਾ ਦੇ ਅੱਜ ਅਹੁਦੇ 'ਤੇ ਮੈਂ ਬਿਰਾਜਮਾਨ, ਕੈਸ਼ਰ ਦੇ ਅਹੁਦੇ 'ਤੇ ਬਿਰਾਜਮਾਨ ਅਤੇ ਫਰੰਟ ਲਾਈਨ 'ਤੇ ਕੰਮ ਕਰਦੇ ਮੇਰੇ ਸਾਰੇ ਹੀ ਵੀਰ ਜਿੰਨੇ ਆ, ਸਾਰਿਆਂ ਦੀ ਹੀ ਜਾਨ ਜੋਖਮ ਦੇ ਵਿੱਚ ਹੁੰਦੀ ਆ ਅਤੇ ਸਾਰਿਆਂ ਨੂੰ ਇਹੀ ਆਸ ਹੁੰਦੀ ਆ ਜੋ ਸਿਵਲ ਹਸਪਤਾਲ ਮੋਗਾ ਦੇ ਵਿੱਚ ਅੱਜ ਤੋਂ ਮੈਂ 5 ਦਿਨ ਪਹਿਲਾਂ ਵੀ ਪਹੁੰਚਿਆ ਸੀ ਅਤੇ ਉਸ ਤੋਂ 3 ਦਿਨ ਪਹਿਲਾਂ ਵੀ ਪਹੁੰਚਿਆ ਸੀ। ਵੈਕਸੀਨ ਬਾਰੇ ਬੇਨਤੀ ਕੀਤੀ ਸੀ ਸਟਾਫ ਨੂੰ, ਚਲੋ ਬੁਲਾ ਲਿਆ, ਅੰਦਰ ਫਾਰਮ ਭਰਤਾ। ਜਦੋਂ ਵੈਕਸੀਨ ਲੱਗਣ ਦੀ ਵਾਰੀ ਇਹ ਕਹਿੰਦੀ ਤੁਹਾਡੀ 45 ਸਾਲ ਤੋਂ ਉਮਰ ਘੱਟ ਆ ਅਤੇ ਤੁਹਾਡੀ ਵੈਕਸੀਨ ਨਹੀਂ ਲੱਗ ਸਕਦੀ। ਸਟਾਫ ਦਾ ਬੇਨਤੀ ਕੀਤੀ ਕਿ ਮੈਂ ਸਮਾਜ ਸੋਸਾਇਟੀ ਦੇ ਫਰੰਟ ਲਾਈਨ ਦੇ ਉੱਤੇ ਕੰਮ ਕਰਦਾ ਵਾਂ, ਜਿੰਨੀਆਂ ਵੀ ਸਾਨੂੰ ਲਾਸਟ ਡੈੱਡ ਬੋਡੀਆਂ ਮਿਲਦੀਆਂ ਜਾਂ ਰੇਲਵੇ ਵਾਲੀਆਂ ਮਿਲਦੀਆਂ, ਰੋਡ ਐਕਸੀਡੈਂਟ ਮਿਲਦੇ ਆ, ਕਿਉਂਕਿ ਜੋ ਡੈੱਡ ਬੋਡੀਆਂ ਹੁੰਦੀਆਂ ਵਾਂ ਦੇਖਣ ਯੋਗ ਨਹੀਂ ਹੁੰਦੀਆਂ ਅਤੇ ਹਾਲਤ ਇੰਨੀ ਕੁ ਨਾਜ਼ੁਕ ਹੁੰਦੀ ਹੈ, ਜੇ ਕਿਸੇ ਇੱਕ ਵੀ ਵੀਰ ਨੂੰ ਜਾਂ ਭੈਣ ਨੂੰ ਦਿਖਾ ਦਈਏ ਤਾਂ ਦੋ ਜਾਂ ਰੋਟੀ ਨਾ ਖਾਵੇ। ਇਸ ਕਰਕੇ ਸਟਾਫ ਨੂੰ ਬੇਨਤੀ ਕੀਤੀ ਸੀ ਵੀ ਸਾਡੀ ਤੰਦਰੁਸਤੀ ਵਾਸਤੇ ਜਾਂ ਕਹਿ ਲਓ ਸਾਡੀ ਸੁਰੱਖਿਆ ਵਾਸਤੇ ਵੈਕਸੀਨ ਲਾਈ ਜਾਵੇ, ਪਰ ਉਹਨਾਂ ਨੇ ਸਾਫ਼ ਇਨਕਾਰ ਕੀਤਾ ਕਿ ਨਹੀਂ ਲੱਗੂਗੀ। ਚਲੋ ਕੋਈ ਵੀ ਕੋਈ ਗਲਾ ਸ਼ਿਕਵਾ ਨਹੀਂ ਸੀ, ਵਾਪਸ ਆ ਗਏ। ਅੱਜ ਫਿਰ ਗੁਰੂ ਨਾਨਕ ਕਾਲੇ ਵਿੱਚ ਮੇਰੇ ਵੀਰਾਂ ਨੇ ਬੁਲਾਇਆ ਸੀ, ਕਹਿੰਦੇ ਵੀ ਅੱਜ ਵੈਕਸੀਨ ਲੱਗ ਜੂਗੀ ਤੁਸੀਂ ਆ ਜਾਓ, ਅਤੇ ਮੈਂ ਫਿਰ ਚਲਾ ਗਿਆ ਜੀ ਉੱਥੇ ਫੋਰਮ ਭਰਿਆ। ਫੋਰਮ ਭਰਨ ਤੋਂ ਜਦੋਂ ਕੰਪਿਊਟਰ ਦੇ ਵਿੱਚ ਜਾ ਕੇ ਕਹਿੰਦੇ ਤੁਹਾਡੀ ਜੀ ਵੈਕਸੀਨ ਨਹੀਂ ਲੱਗਣੀ। ਮੈਂ ਕਿਹਾ ਜੀ ਕਾਰਨ? ਕਹਿੰਦੇ ਤੁਹਾਡੀ ਉਮਰ ਘੱਟ ਆ। ਅਤੇ ਮੈਂ ਉਹ ਸਟਾਫ ਨੂੰ ਪੁੱਛਣਾ ਚਾਹੁੰਦਾ ਵਾਂ ਜਿਹੜੇ ਵੀਰਾਂ ਦੀਆਂ ਫੇਸਬੁੱਕ 'ਤੇ ਆਈਡੀਆਂ 'ਤੇ ਆਪਣੀਆਂ ਇੰਨੀਆਂ ਫੋਟੋਆਂ ਪਈਆਂ ਹੋਈਆਂ, ਜਿਹੜੇ ਵੀ ਕਿ ਮੇਰੀ ਵੀ ਰੇਂਜ ਦੇ ਵਿੱਚ ਆ, ਜਿਹੜੇ ਵੀਰ ਆ 20-25 ਸਾਲ ਦੇ ਆ, ਕੱਲ੍ਹ ਉੱਥੋਂ ਵੈਕਸੀਨ ਲਵਾ ਕੇ ਆਏ ਆ, ਕੀ ਗੱਲ ਸਾਡੀਆਂ ਇੰਨੀਆਂ ਸਹੂਲਤਾਂ ਭੱਦੀਆਂ ਵਾਂ ਵੀ ਸਾਡੇ ਵੈਕਸੀਨ ਨਹੀਂ ਲੱਗ ਸਕਦੀ, ਜਿਹੜੇ ਕਿ ਅਸੀਂ ਮੋਗਾ ਸ਼ਹਿਰ ਦੇ ਵਿੱਚ ਸਾਡੀ ਪਹਿਚਾਣ ਆ, ਵੀ ਇਹ ਕੀ ਕੰਮ ਕਰਦੇ ਆ, ਕੀ ਸੇਵਾ ਕਰਦੇ ਆ ਅਤੇ ਕਿਸ ਅਹੁਦੇ ਦੇ ਬਿਰਾਜਮਾਨ ਇਹ। ਇੱਕ ਨਗਰ ਕੌਂਸਲ ਦੇ ਹੋਣ ਦੇ ਨਾਤੇ, ਕਿਉਂਕਿ ਅਨੇਕਾਂ ਪਰਿਵਾਰਾਂ ਨਾਲ ਮਿਲਣਾ ਪੈਂਦਾ ਵਾ, ਕਈ ਵਾਰੀ ਪਰਿਵਾਰ ਨਾਜ਼ੁਕ ਹੁੰਦੇ ਆ, ਲੋੜਵੰਦ ਪਰਿਵਾਰਾਂ ਨਾਲ ਵੀ ਮਿਲਦੇ ਆ, ਹਾਲਤ ਬਹੁਤ ਨਾਜ਼ੁਕ ਹੁੰਦੀ ਆ। ਇਸ ਵਾਸਤੇ ਵਾਰ ਵਾਰ ਸਟਾਫ ਨੂੰ ਬੇਨਤੀ ਕੀਤੀ ਸੀ ਵੀ ਅੱਜ ਮੈਂ ਕਾਰਡ ਫਿਰ ਉਹਨਾਂ ਨੂੰ ਵਿਖਾਇਆ, ਮੈਂ ਕਿਹਾ ਵੀ ਮੈਂ ਇਸ ਅਹੁਦੇ 'ਤੇ ਹਾਂ ਜੀ ਅਤੇ ਮੇਰੀ ਸੁਰੱਖਿਆ ਵਾਸਤੇ ਮੇਰੇ ਵੈਕਸੀਨ ਲਾ ਲਓ। ਸਾਫ਼ ਇਨਕਾਰ ਕਰਤਾ, ਕਹਿੰਦੇ ਤੁਹਾਡੀ 45 ਸਾਲ ਤੋਂ ਉਮਰ ਘੱਟ ਹੈ, ਤੁਹਾਡੀ ਵੈਕਸੀਨ ਨਹੀਂ ਲੱਗ ਸਕਦੀ। ਮੈਂ ਤਾਂ ਇਹੀ ਪੁੱਛਣਾ ਚਾਹੁੰਦਾ ਵਾਂ ਸਿਵਲ ਹਸਪਤਾਲ ਸਰਜਨ ਅਤੇ ਜਾਂ ਜਿੰਨਾ ਵੀ ਸਮੂਹ ਸਟਾਫ ਆ ਜੋ ਵੈਕਸੀਨ ਅਪਰੂਵ ਕਰਦਾ ਵਾ ਜਾਂ ਲਾਉਂਦਾ ਵਾ, ਕੀ ਗੱਲ ਆ, ਕਿਉਂ ਨਹੀਂ ਲਾਈ ਵੈਕਸੀਨ? ਅਤੇ ਜਿਹੜੇ 20-20 ਸਾਲ ਦੇ ਆ, ਕਿ ਉੱਥੇ ਸਿਫਾਰਸ਼ਾਂ ਚੱਲਦੀਆਂ? ਸਿਫਾਰਸ਼ਾਂ ਸਾਡੇ ਕੋਲ ਵੀ, ਅਸੀਂ ਵੀ ਪਾ ਸਕਦੇ ਸੀਗੇ, ਪਰ ਅਸੀਂ ਆਮ ਨਾਗਰਿਕ ਹੋਣ ਦੇ ਨਾਤੇ ਜਿਵੇਂ ਦੂਸਰੇ ਖੜ੍ਹੇ ਆ, ਅਸੀਂ ਵੀ ਕਹਿੰਦੇ ਉਵੇਂ ਸਾਡੇ ਵੈਕਸੀਨ ਲੱਗੇ ਅਤੇ ਅਸੀਂ ਜੋ ਆਪਦੀਆਂ ਸੇਵਾਵਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ। ਇਸੇ ਗੱਲ ਦਾ ਨਿਰਾਸ਼ ਹੋ ਕੇ ਅੱਜ ਫੇਸਬੁੱਕ 'ਤੇ ਵੀ ਪਾਈ ਸੀ ਅਤੇ ਸੰਗਤਾਂ ਨੇ ਵੀ ਹੰਗਾਰਾ ਦਿੱਤਾ ਸੀ ਵੀ ਬਿਲਕੁਲ ਗਲਤ ਆ, ਅਤੇ ਇਹੀ ਆਸ ਕਰਦੇ ਹਾਂ ਸਿਵਲ ਸਰਜਨ ਤਾਂ ਜੋ ਵੀ ਸਟਾਫ ਆ, ਜੇ ਸਾਡੇ ਨਾਲ ਹੀ ਇਹ ਜਿਹੜੇ ਮੋਗੇ ਸ਼ਹਿਰ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਾਂ ਜਾਂ ਸੇਵਾਵਾਂ ਕਰ ਰਹੇ ਹਾਂ, ਜੇ ਸਾਡੇ ਨਾਲ ਇਹ ਹਾਲ ਆ ਤਾਂ ਉਹਦਾ ਕੀ ਹਾਲ ਹੋਊਗਾ? ਜਾਂ ਸਾਡੀ ਜੋ ਜਿਸ ਸਮੁੱਚੀ ਟੀਮ ਆ ਸਮਾਜ ਸੇਵਾ ਸੁਸਾਇਟੀ ਦੀ, ਜਿਹੜੇ ਫਰੰਟ ਲਾਈਨ 'ਤੇ ਕੰਮ ਕਰਦੇ ਆ, ਸਾਡੇ ਇੱਕ ਵੀ ਮੈਂਬਰ ਦੇ ਕਿਸੇ ਦੇ ਵੀ ਵੈਕਸੀਨ ਨਹੀਂ ਲੱਗੀ। ਜੇ ਕੋਈ ਕੱਲ੍ਹ ਨੂੰ ਕੋਈ ਹਾਦਸਾ ਹੋ ਜਾਵੇ ਜਾਂ ਕੋਈ ਗੱਲਬਾਤ ਹੋ ਜਾਵੇ, ਉਹਦਾ ਜ਼ਿੰਮੇਵਾਰ ਕੌਣ ਆ? ਪ੍ਰਸ਼ਾਸਨ ਜ਼ਿੰਮੇਵਾਰ ਆ ਕਿ ਸਿਵਲ ਹਸਪਤਾਲ ਜ਼ਿੰਮੇਵਾਰ ਆ? ਕਿਉਂਕਿ ਜੇ ਕਿਸੇ ਵੀ ਵੀਰ ਨੂੰ ਸਾਡੇ ਨੂੰ ਕੁਛ ਹੁੰਦਾ, ਕਿਸੇ ਮਾਂ ਦਾ ਪੁੱਤ ਜਾਊਗਾ, ਇਹਨਾਂ ਦਾ ਕੀ ਜਾਣਾ? ਅਤੇ ਅੱਜ ਅਸੀਂ ਤਾਂ ਇਹ ਅੱਜ ਪ੍ਰੈਸ ਨੋਟ ਭੇਜਣ ਲੱਗੇ ਹਾਂ, ਸਾਡੀ ਮਜਬੂਰੀ ਆ, ਤਾਂ ਇਸ ਕਰਕੇ ਫੇਸਬੁੱਕ 'ਤੇ ਅੱਜ ਲਾਈਵ ਹੋ ਕੇ ਜਾਂ ਪ੍ਰੈਸ ਨੋਟ ਭੇਜਣ ਲੱਗੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।